ਲਓ ਜੀ, ਅੱਜ ਮੈਂ ਤੁਹਾਨੂੰ ਆਪਣੇ ਮੋਟਰਸਾਈਕਲ ਦੀ ਕਹਾਣੀ ਸੁਣਾਉਣ ਜਾ ਰਿਹਾ ਤੇ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਿਓ। ਲਓ ਜੀ ਉਸਤਾਦ ਜੀ, 2016 ਦੀ ਗੱਲ ਹੈ ਤੇ ਮੈਂ ਸਕੂਲ ਚੋਂ ਬਾਹਰ ਨਿਕਲਣਾ, ਉਦੋਂ ਮੈਟ੍ਰਿਕ 'ਚ ਹੁੰਦੇ ਸੀ ਜੀ, ਸ਼ਾਹਕੋਟ ਦੀ ਗੱਲ ਹੈ ਜੀ, ਤੇ ਪਿੰਡੀ ਬੁਆਏ ਤਰ੍ਹਾਂ ਆਵਾਮ ਜਾ ਹੀ ਰਹੀ। ਮੋਟਰਸਾਈਕਲ ਪਿੱਛੋਂ ਭੈਣ ਚੱਕੇ ਲਵਾਏ, ਵੀਲਰ ਟੈਪ ਜਾ ਹੀ ਰਹੇ। ਖੈਰ ਮੈਨੂੰ ਵੀਲਿੰਗ ਵਗੈਰਾ ਦਾ ਤੇ ਇਦਾਂ ਦਾ ਕੋਈ ਸ਼ੌਕ ਨਹੀਂ, ਤੇ ਮੈਨੂੰ ਸ਼ੌਕ ਸੀ ਬਾਈਕ ਮੋਡੀਫਿਕੇਸ਼ਨ ਦਾ। ਠੀਕ ਹੈ ਜੀ, ਬਾਈਕ ਮੈਂ ਮੋਡੀਫਾਈ ਵੀ ਕਰਵਾਈ ਤੇ ਮੇਰੇ ਕੋਲ ਪੁਰਾਣੀਆਂ ਤਸਵੀਰਾਂ ਪਈਆਂ ਹੋਣੀਆਂ, ਮੈਂ ਨਵੀਂ ਨੂੰ ਸਾਰਾ ਲਵਾ ਛੱਡਿਆ ਹਰ ਸ਼ੈ, ਚਾਹ ਮੈਂ ਪੂਰਾ ਕੀਤਾ। ਗੱਲ ਕਰਨ ਦਾ ਮਕਸਦ ਇਹ ਹੈ ਤੇ ਬਾਬਾ ਜੀ, ਜਦੋਂ ਮੋਟਰਸਾਈਕਲ ਲੈਣੀ ਸੀ ਨਾ ਜੀ, ਤੇ ਮੈਂ ਰਾਤ ਸੌਣ ਲੱਗਿਆ ਇਹੀ ਸੋਚਣਾ, ਯਾਰ ਕਿੱਦਣ ਮੋਟਰਸਾਈਕਲ ਲਵਾਂਗੇ, ਸਵੇਰੇ ਮੋਟਰਸਾਈਕਲ ਹੋਏਗੀ ਤੇ ਜਦੋਂ ਕਿਤੇ ਲੰਘਣਾ ਲਾਗੂ ਦੀ ਸਕੂਲੋਂ ਹੋਏ ਹੋਏ ਬੱਚੀਆਂ ਨੇ ਕਹਿਣਾ ਨਹੀਂ ਬਈ ਮੁੰਡੇ ਕੋਲ 125 ਨਵਾਂ ਮਾਡਲ। ਆਪਣੀ ਪਰਸਨੈਲਿਟੀ ਚੁਰ ਸਾਹਿਬ ਇੱਦਾਂ ਹੀ ਸੋਚਦੇ ਰਹਿਣਾ, ਤੇ ਜਦੋਂ ਮੋਟਰਸਾਈਕਲ ਲੈ ਲਈ ਜੀ ਬਾਬੇ, ਉਹ ਇੱਦਾਂ ਦਾ ਬੱਚੀ ਛੱਚੀ ਵਾਲਾ ਤਾਂ ਕੋਈ ਸੀਨ ਨਹੀਂ ਹੋਇਆ, ਤੇ ਪਰ ਤੁਹਾਡੇ ਭਰਾ ਨੇ ਆਪਣੇ ਚਾਹ ਪੂਰੇ ਕੀਤੇ ਤੇ ਪੂਰੀ ਟਾਕੀ ਸ਼ਾਕੀ ਮਾਰ ਕੇ ਰੱਖਣੀ, ਐਂ ਘੱਟੇ ਦੀ ਤ੍ਰਿਪਣੀ ਉੱਤੇ ਆਉਣ ਦੇਣੀ, ਐਂ ਚਮਕਾ ਕੇ ਮੋਟਰਸਾਈਕਲ ਰੱਖਣੀ। ਤੇ ਉਹ ਤੋਂ ਬਾਅਦ ਜੀ ਹੋਇਆ ਇੱਦਾਂ ਦੇ ਕਿ ਸਾਡਾ ਮੋਗਿਆ ਜੀ ਮੈਟ੍ਰਿਕ, ਅਤੇ ਉਹ ਤੋਂ ਬਾਅਦ ਆ ਗਏ ਜੀ ਫੈਸਲਾਬਾਦ। ਫੈਸਲਾਬਾਦ ਸ਼ਹਿਰ 'ਚ ਆਉਣ ਤੋਂ ਬਾਅਦ ਜੀ ਮੋਟਰਸਾਈਕਲ ਦਾ ਥੋੜ੍ਹਾ ਥੋੜ੍ਹਾ ਚਾਅ ਲੱਥਦਾ ਗਿਆ। ਚਾਅ ਲੱਥਣ ਤੋਂ ਬਾਅਦ ਕਹਾਣੀ ਇੱਥੇ ਆ ਗਈ ਜੀ, ਜਦੋਂ ਲਾਗੋ ਹੈਵੀ ਬਾਈਕ ਲੰਘਣੇ, ਆਟੋ ਸ਼ੋਅ 'ਤੇ 2-3 ਵਾਰੀ ਗਏ ਜੀ, ਪਤਾ ਲੱਗ ਗਿਆ ਹੈਵੀ ਬਾਈਕ ਦਾ ਕੁਝ, ਯੂਟਿਊਬ ਚਲਾਉਣ ਲੱਗ ਪਏ ਅਤੇ ਹੈਵੀ ਬਾਈਕਾਂ ਦੀਆਂ ਵੀਡੀਓ ਸ਼ੂਡੀਓ ਵੇਖਣੀਆਂ, ਅਤੇ ਭਾਈ ਸਾਹਿਬ ਹੈਵੀ ਬਾਈਕ ਦਾ ਚਾਅ ਚੜ੍ਹ ਗਿਆ। ਹੁਣ ਹੈਵੀ ਬਾਈਕ 10 ਲੱਖ ਦੀ ਕਰਦੇ, ਕਹਿੰਦੇ ਕੀ ਗੱਲ ਇਹ, ਤੈਨੂੰ ਅੱਗੇ ਮੋਟਰਸਾਈਕਲ ਲੈ ਕੇ ਦਿੱਤੀ, ਹੁਣ ਤੈਨੂੰ ਹੈਵੀ ਬਾਈਕ ਲੈ ਦਈਏ, ਅਤੇ ਉਹ ਤੋਂ ਮਾੜੀ ਜਾਨ ਸੋਚ ਆਪੇ, ਮੇਰਾ ਮਾੜਾ ਜਿਹਾ ਰੁੱਖ ਆ, ਤੁਸੀਂ ਇਹ ਤਸਵੀਰਾਂ 'ਚ ਵੇਖਿਆ ਹੀ ਹੋਣਾ ਪਿੱਛੇ। ਅਤੇ ਭਾਈ ਸਾਹਿਬ ਉਹ ਹੈਵੀ ਬਾਈਕ ਦਾ ਚਾਅ ਚੜ੍ਹ ਗਿਆ, ਅਤੇ ਹੁਣ ਜਦੋਂ ਵੀ ਰਾਤ ਸੁਣਨਾ ਨਾ ਲਾਗੋਂ, ਜਦੋਂ ਮੋਟਰਸਾਈਕਲ ਦੀ ਇੱਦਾਂ ਦੀ ਆਵਾਜ਼ ਸੁਣਦੀ ਨਾ, ਕਸਮੇ ਇੱਦਾਂ ਹੀ ਦਿਲ ਕਰਦਾ ਕਿ ਹੁਣੇ ਜਾ ਕੇ ਲੈ ਜਾਈਏ। ਅਤੇ ਜਿਹੜਾ 125 ਆ ਉਹਦੀ ਤੁਸੀਂ ਹਾਲੇ ਚੈੱਕ ਕਰ ਸਕਦੇ, ਜੋ ਇੱਦਾਂ ਦੀ ਕਦੀ ਟਾਕੀ ਨਹੀਂ ਮਾਰੀ। ਪਰ ਯਾਰ ਮੈਨੂੰ ਆਪਣੇ ਪੁਰਾਣੇ ਦਿਨ ਯਾਦ ਹੁੰਦੇ, ਆਪਣੇ ਬੰਦੇ ਨੂੰ ਕਾਰ 'ਚ ਰਹਿਣਾ ਚਾਹੀਦਾ, ਅਤੇ ਮੇਰਾ ਜ਼ਿਹਨ ਬਣਨ ਡਿਆ ਹੁਣ ਇੱਥੇ ਫਿਰ ਦੋਹਰੇ ਖਰਚਾ ਕਰਾਂ। ਜੇ ਤੁਸੀਂ ਕਹਿੰਦੇ ਜੋ ਖਰਚਾ ਕਰਾਂ, ਥੋੜ੍ਹੀ ਜਿਹੀ ਮੋਡੀਫਿਕੇਸ਼ਨ ਕਰਾਂ, ਤਾਂ ਮੈਨੂੰ ਕਮੈਂਟ 'ਚ ਜ਼ਰੂਰ ਦੱਸਿਓ। ਅਤੇ ਬਾਕੀ ਰਾਜਾ ਜੀ, ਰਾਮੀ ਕਿਸਮ ਦਾ ਚਾਅ ਚੜ੍ਹਿਆ ਸੀ ਮੈਨੂੰ, ਅਤੇ ਹੁਣ ਮੈਨੂੰ ਗੱਡੀ ਦਾ ਵੀ ਚਾਅ ਵਾ ਅਤੇ ਮੋਟਰਸਾਈਕਲ ਦਾ ਵੀ ਚਾਅ ਵਾ, ਕਿਉਂਕਿ ਥੋੜ੍ਹਾ ਜਿਹਾ ਸੋਚ ਨੂੰ ਥੋੜ੍ਹਾ ਜਿਹਾ ਅਪਗ੍ਰੇਡ ਕੀਤਾ। ਅਤੇ ਜਦੋਂ ਮੈਂ ਮੋਟਰਸਾਈਕਲ ਲੈਣੀ ਸੀ, ਮੇਰੀ ਸੋਚ ਇਹ ਸੀ, ਮੈਨੂੰ ਹੈਵੀ ਬੈਗ ਦਾ ਉਦੋਂ ਵੀ ਪਤਾ ਸੀ, ਮੈਂ ਮਤਲਬ ਕਿ ਸਪੋਰਟ ਲਵਰ ਬਚਪਨ ਤੋਂ ਹੀ ਹੈ, ਲੇਕਿਨ ਮੇਰੇ ਕੋਲ ਨਾ ਮਸਲਨ ਇਹ ਮੇਰੀ ਐਕਸੈਪਟੇਸ਼ਨ ਸੀ, ਪਤਾ ਨਹੀਂ ਕਿੰਨੀ ਕੁ ਮਹਿੰਗੀ ਮੋਟਰਸਾਈਕਲ ਆ, ਕਿੰਨੀ ਕੁ ਮਹਿੰਗੀ ਹੈਵੀ ਬੈਗ ਆ, ਮੈਂ ਲੈ ਹੀ ਨਹੀਂ ਸਕਦਾ। ਅਤੇ ਇਹਦਾ ਪਿੱਛੇ ਖਲੋਤੀ ਮੈਨੂੰ ਪੱਕੀ ਗੱਲ ਯਾਦ ਹੈ, ਇਹ ਮੋਟਰਸਾਈਕਲ ਪਿੱਛੇ ਖਲੋਤੀ, ਅਤੇ ਇਹਦਾ ਜਿਹੜਾ ਮਗਰਾਟ ਸੀ ਨਾ, ਮੈਨੂੰ ਲੱਗਣ ਡਿਆ ਸੀ ਚੁੱਕਿਆ ਜਿੱਦਾਂ ਹੈਵੀ ਬਾਈਕ ਟੈਪ ਲੁੱਕ ਨਹੀਂ ਆਉਂਦੀ, ਉਹ ਵਾਲੀ ਮੈਨੂੰ ਲੁੱਕ ਮੇਰੇ ਦਿਮਾਗ 'ਚ ਆਉਣ ਡੀ। ਮੈਂ ਆਪਣੇ ਦਿਮਾਗ ਦੇ ਵਿੱਚ ਕੰਸੈਪਟ ਬਿਠਾ ਕੇ ਬੈਠਾ ਸੀ ਕਿ ਪਿੱਛੋਂ ਹੈਵੀ ਬਾਈਕ ਤਰ੍ਹਾਂ ਦੀ ਲੱਗਦੀ ਹੈ, ਥੋੜ੍ਹੀ ਜਿਹੀ ਲੁੱਕ ਪ੍ਰੋਵਾਈਡ ਕਰਦੀ ਹੈ ਹੈਵੀ ਬਾਈਕ। ਉਦੋਂ ਮੇਰੇ ਜ਼ਿਹਨ 'ਚ ਇਹ ਖਿਆਲ ਸੀ ਐਟਲੀਸਟ ਮੈਂ ਹੈਵੀ ਬਾਈਕ ਨਹੀਂ ਲੈ ਸਕਦਾ, ਲੇਕਿਨ ਇਹ 125 ਤੇ ਲੈ ਲਈ ਆ, ਲੈ ਸਕਦਾ ਤੇ ਲੈ ਲਈ ਆ, ਅਤੇ ਅੱਲਾ ਪਾਕ ਦਾ ਸ਼ੁਕਰ ਆ। ਅਤੇ ਹੁਣ ਥੋੜ੍ਹੀ ਜਿਹੀ ਸੋਚ ਅਪਗ੍ਰੇਡ ਹੋਈ ਆ, ਹਾਂ ਇਹ ਕੰਮ ਕਰ ਸਕਦੇ ਹਾਂ ਅਸੀਂ, ਹਾਂ ਇਹ ਸ਼ਾਇਦ ਲੈ ਸਕਦੇ ਹਾਂ, ਚਲੋ ਕੱਲ੍ਹ ਨੂੰ ਅਸੀਂ ਕੋਈ 4 ਪੈਸੇ ਕਮਾ ਲੈਂਦੇ ਹਾਂ, 4 ਪੈਸੇ ਕਮਾ ਕੇ ਕੋਈ ਨੂੰ 4 ਪੈਸੇ ਘਰ ਦੇ ਪਾ ਦਿੰਦੇ ਹਾਂ, ਅਸੀਂ ਹੈਵੀ ਬਾਈਕ ਲੈ ਸਕਦੇ ਹਾਂ, ਇਹ 'ਚ ਕੋਈ ਮਸਲਾ ਨਹੀਂ ਜੀ, ਤੁਸੀਂ ਆਪਣੀ ਪਹਿਲੇ ਸੋਚ ਡਿਵੈਲਪ ਕਰੋ। ਵੈਸੇ ਬੇਸਿਕਲੀ 125 ਦਾ ਚਾਹ ਤਾਂ ਮੈਨੂੰ ਸਾਈਕਲਾਂ ਦਾ ਵੀ ਬੜਾ ਸੀ, ਆਹ ਸਾਈਕਲ ਆ ਜਿਹੜੀ ਤੁਸੀਂ ਸਕਰੀਨ 'ਤੇ ਨਜ਼ਰ ਆ ਰਹੇ, ਮੈਂ ਵਿਹੜੇ 'ਚ ਰੋ ਰੋ ਕੇ ਲਈ ਸੀ ਸਾਈਕਲ, ਮੈਨੂੰ ਯਾਦ ਆਏ ਤਾਂ ਮੈਂ ਮਹੀਨਾ ਵੀ ਨਹੀਂ ਚਲਾਈ, ਮੇਰਾ ਚਾਹ ਮੋਕ ਗਿਆ। ਅਤੇ ਹੁਣ ਇੱਦਾਂ ਹੀ ਮੇਰੇ ਚਾਹ ਨੇ, ਅਤੇ ਯਾਰ ਆਪਣੀ ਖੁਆਇਸ਼ਾਂ ਕੋ ਪੂਰਾ ਕਰਨਾ ਚਾਹੀਏ, ਸਹੀ ਹੈ ਜੀ, ਅੱਲਾ ਪਾਕ ਸੇ ਦੁਆ ਕਰਨੀ ਚਾਹੀਏ ਕਿ ਅੱਲਾ ਪਾਕ ਹਮੇਂ ਜ਼ਿੰਦਗੀ ਮੇਂ ਹਮਾਰੀ ਖੁਆਇਸ਼ਾਂ ਪੂਰੀ ਕਰਨੇ ਕੀ ਤੌਫੀਕ ਅਤਾ ਫਰਮਾਏ। ਆਮੀਨ ਜੀ। ਇਸ ਵੀਡੀਓ ਕੋ ਇਸ ਯਹਾਂ ਪੇ ਲਾਸਟ ਕਰਤੇ ਹੈ, ਕਿਉਂਕਿ ਅਗਰ ਵੀਡੀਓ ਲੰਬੀ ਹੋ ਗਈ ਤੋ ਆਪ ਬੋਰ ਹੋ ਜਾਏਂਗੇ। ਤੋ ਚਲੋ ਜੀ, ਅੱਲਾ ਹਾਫਿਜ਼, ਮੁਝੇ ਆਪਣੀ ਦੁਆ ਮੇਂ ਯਾਦ ਰੱਖੀਏਗਾ।